ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ। ਅੱਜ ਕੁਛ ਤੁਹਾਨੂੰ ਗਾਵਾਂ ਦਿਖਾਵਾਂਗੀ ਮੈਂ। ਇੱਕ ਗਾਂ ਸਪੈਸ਼ਲੀ ਸਾਡੇ ਦਿਲ ਦੇ ਬਹੁਤ ਨੇੜੇ ਆ। ਉਹ ਗਾਂ ਸਾਡੇ ਕੋਲ ਉਦੋਂ ਦੀ ਹੈ ਜਦੋਂ ਦਾ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ। ਅਸੀਂ ਕਿਸੇ ਕੋਲ ਇਹ ਹੀ ਫਰ ਲਈ ਸੀ ਅਤੇ ਸਾਡੇ ਕੋਲ ਆ ਕੇ ਸੂਈ ਸੀ ਹੈ। ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇਹਨੂੰ ਹਰ ਸਾਲ ਸੈਕਸਟ ਸੀ ਮਿਲਾਉਂਦੇ ਪਏ ਹਾਂ। ਆਹ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ ਇਸ ਟਾਈਮ ਸਾਹਮਣੇ ਖੜ੍ਹੀ ਹੈ ਨਾ, ਇਹੀ ਉਹ ਗਾਂ ਵਾ। 62 ਨੰਬਰ ਇਹਦੀ ਇੱਕ ਹੋਰ ਵੀਡੀਓ ਮੇਰੇ ਚੈਨਲ ਦੇ ਉੱਤੇ ਪਈ ਹੈ। ਇਹਦੀ ਕੱਦ ਕੱਠ ਹੀ ਵੇਖ ਲਓ, ਇਹਦੀ ਹੈਲਥ ਵੇਖ ਲਓ। ਬੜੇ ਲੋਕ ਕਹਿੰਦੇ ਆ ਕਿ ਗਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਮਤਲਬ ਛੇਤੀ ਬੁੱਢੀਆਂ ਹੋ ਜਾਂਦੀਆਂ ਨੇ, ਜਾਂ ਤੁਹਾਨੂੰ ਕੱਢ ਦੇਣੀਆਂ ਚਾਹੀਦੀਆਂ ਨੇ ਸ਼ੈੱਡ ਤੋਂ। ਜੇ ਤੁਹਾਡਾ ਰੱਖ ਰਖਾਵ ਚੰਗਾ, ਮੇਨਟੇਨੈਂਸ ਚੰਗੀ, ਨਿਊਟ੍ਰੀਸ਼ਨ ਚੰਗਾ, ਅਤੇ ਗਾਵਾਂ ਨੂੰ ਬੜੇ ਸਾਲ ਤੁਹਾਡੇ ਕੋਲ ਕੁਛ ਨਹੀਂ ਹੁੰਦਾ, ਉਹਨਾਂ ਦੀ ਫਰਟੀਲਿਟੀ ਵੀ ਮੇਨਟੇਨ ਰਹਿੰਦੀ ਹੈ ਅਤੇ ਓਵਰਆਲ ਵੀ ਤੁਹਾਨੂੰ ਬਹੁਤ ਵਧੀਆ ਪਰਫੋਰਮੈਂਸ ਦਿੰਦੀਆਂ ਨੇ। ਇਸ ਗਾਂ ਦਾ ਦੁੱਧ ਬਹੁਤ ਜ਼ਿਆਦਾ, ਹਮੇਸ਼ਾ 40 ਲੀਟਰ ਪਲੱਸ ਹੀ ਰਿਹਾ ਅਤੇ ਬੜੀ ਛੇਤੀ ਕੰਸੀਵ ਕਰ ਜਾਂਦੀ ਹੈ। ਅਤੇ ਵੇਖ ਲਓ, ਇੰਨੇ ਸਾਲ ਦੇ ਬਾਅਦ, ਇੰਨੇ ਸੂਬਿਆਂ ਦੇ ਵਿੱਚ ਪਏ ਹੋਣ ਤੋਂ ਬਾਅਦ ਵੀ ਇਹ ਅਸੀਂ ਇਹਨੂੰ ਸੈਕਸ ਸਿਮਲ ਲਾਉਣਾ ਪਸੰਦ ਕਰਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹਦੀਆਂ ਵੱਛੀਆਂ ਸਾਡੇ ਕੋਲ। ਆਹ ਜਿਹੜੀ ਤੁਹਾਡੇ ਸਾਹਮਣੇ ਇਸ ਟਾਈਮ ਖੜ੍ਹੀ ਹੈ, ਇਹ ਸ਼ੈਵਰੋਲੇਟ ਦੀ ਵੱਛੀ ਹੈ। ਇਹਦਾ ਜਿਹੜਾ ਪਹਿਲੇ ਸੂਬੇ, ਇਹ ਇਸ ਟਾਈਮ ਸੈਕਿੰਡ ਲੈਕਟੇਸ਼ਨ ਦੇ ਵਿੱਚ ਜਾਏਗੀ। ਇਹਦਾ ਜਿਹੜਾ ਪਹਿਲੇ ਸੂਬੇ ਹੀ ਦੁੱਧ ਜਿਹੜਾ ਹੈਗਾ ਸੀ ਉਹ 40 ਲੀਟਰ ਪਲੱਸ ਸੀ ਅਤੇ ਇਸ ਵਾਰ ਵੀ ਇਹ ਸੈਕਸਟ ਸੀਮਨ ਦੇ ਨਾਲ ਪ੍ਰੈਗਨੈਂਟ ਹੈ। ਚਲੋ ਫਿਰ, ਤੁਸੀਂ ਬਾਰ ਬਾਰ ਕਹਿੰਦੇ ਹੋ ਕਿ ਜਰਸੀ, ਇਸ ਪੈਨ ਦੇ ਵਿੱਚ ਇੱਕ ਜਰਸੀ ਹੈ ਅਤੇ ਮੈਂ ਉਹ ਤੁਹਾਨੂੰ ਦਿਖਾਉਂਦੀ ਹਾਂ। ਬਾਕੀ ਸਾਰੀ ਬੈਠੀਆਂ ਹੋਈਆਂ ਨੇ ਅਤੇ ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੀ, ਇਸੇ ਕਰਕੇ ਇਹੀ ਇਕੱਲੀ ਇੱਕ ਇਸ ਟਾਈਮ ਖਲੋਤੀ ਹੈ ਜੋ ਸਪ੍ਰਿੰਕਲਰ ਦੇ ਥੱਲੇ ਨਹਾ ਰਹੀ ਸੀ ਅਤੇ ਮੈਂ ਵੇਖਦੀ ਹਾਂ ਜੇ ਮੁੜ ਜਾਏਗੀ। ਅਤੇ ਇਹਦੀ ਵੀ ਫਸਟ ਲੈਕਟੇਸ਼ਨ ਹੈ ਇਸ ਵਾਰੀ, ਇਹ ਪਹਿਲੀ ਵਾਰੀ ਸੂਈ ਸੀ। ਅੱਗੋਂ ਵੀ ਇਹ ਸੈਕਸੀ ਮੰਦ ਨਾਲ ਪ੍ਰੈਗਨੈਂਟ ਹੈ, ਉਹ ਮੁੜਨਾ ਨਹੀਂ ਚਾਹੁੰਦੀ। ਦੇਖਦੀ ਹਾਂ ਮੈਂ ਜੇ ਵਾਪਸ ਆ ਜਾਏ ਤਾਂ। ਆਜਾ ਆਜਾ ਆਜਾ, ਨਹੀਂ ਮੁੜਦੀ, ਅੱਗੋਂ ਜਾ ਕੇ ਮੁੜਨਾ ਪੈਣਾ ਮੈਨੂੰ ਲੱਗਦਾ ਇਹਨੂੰ। ਮੁੜੇਗੀ ਮੁੜੇਗੀ ਮੁੜੇਗੀ। ਸਪ੍ਰਿੰਕਲਰ ਸਾਡੇ ਲਗਾਤਾਰ ਚੱਲਦੇ ਰਹਿੰਦੇ ਨੇ, ਜਿਹੜੇ ਫੋਗਰ ਨੇ ਉਹਨਾਂ ਉੱਤੇ ਟਾਈਮਰ ਲੱਗਾ, ਉਹ ਥੋੜ੍ਹੀ ਦੇਰ ਚੱਲਦੇ ਨੇ ਅਤੇ ਜ਼ਿਆਦਾ ਦੇਰ ਬੰਦ ਰਹਿੰਦੇ ਨੇ ਸਪ੍ਰਿੰਕਲਰ ਜਿਹੜੇ ਹੈਗੇ ਆ, ਅਤੇ ਇਸ ਟਾਈਮ ਦੇ ਉੱਤੇ ਚੱਲਦੇ ਰਹਿੰਦੇ। ਹਵਾ ਬਹੁਤ ਤੇਜ਼ ਚੱਲ ਰਹੀ ਸੀ ਇਸ ਕਰਕੇ ਪੱਖੇ ਬੰਦ ਕੀਤੇ ਹੋਏ ਨੇ। ਆਹ ਦੇਖ ਲਓ ਜੀ ਜਰਸੀ, ਅੱਗੋਂ ਵੀ ਇਸ ਵਾਰ ਵੀ ਸੈਕਸਟ ਸੀਮਨ ਦੇ ਨਾਲ ਪ੍ਰੈਗਨੈਂਟ ਹੈ। ਭੱਜ ਕੇ ਚੱਲ ਗਈ ਕੱਚੇ ਥਾਂ ਦੇ ਉੱਤੇ, ਬਹੁਤ ਡਰਦੀ ਹੈ, ਬਹੁਤ ਜ਼ਿਆਦਾ ਡਰਾਕਲ ਹੈ। ਤੁਸੀਂ ਇਹਦੇ ਲਾਗੇ ਵੀ ਖੜ੍ਹ ਜਾਓਗੇ ਨਾ ਅਤੇ ਭੱਜ ਜਾਂਦੀਆਂ ਨੇ। ਬਾਕੀ ਸਾਡੀਆਂ ਜਰਸੀਆਂ ਦਾ ਵੀ ਇਹ ਵੀ ਹੈ, ਤੁਸੀਂ ਜਾ ਕੇ ਉਹਨਾਂ ਦੇ ਲਾਗੇ ਕਿਤੇ ਉਹਨਾਂ ਦੀ ਵੀਡੀਓ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੇ ਲਾਗੇ ਕਿਤੇ ਉਹਨਾਂ ਦੀ ਫੋਟੋ ਨਹੀਂ ਖਿੱਚ ਸਕਦੇ, ਝੱਟ ਭੱਜ ਜਾਂਦੀਆਂ ਨੇ, ਬਹੁਤ ਛੇਤੀ ਭੱਜਦੀਆਂ ਨੇ। ਕਿਵੇਂ ਲੱਗੀ ਵੀਡੀਓ ਕਮੈਂਟ ਵਿੱਚ ਜ਼ਰੂਰ ਦੱਸੋ।